असलकुम हम आज करने लगे हैं लाइट बीम की अनबॉक्सिंग तो हमने ये इंटरनेट का कनेक्शन करने के लिए आए हैं हम ये भी बताएंगे आपको ये कितने डिस्टेंस पे कनेक्ट हो हो सकती है ज़्यादा से ज़्यादा और ये कितना डिस्टेंस है और ये कितने की मिली है हमें इसमें अनबॉक्स में हमें मिल जाती है एक अदर सीड इसके साथ हमें मिल जाता है क्लाम्प जो इसको लगा कर इसके साथ जो बाँस वगैरह या पोल वग़ैरह पे फिट करना है यहाँ पे और उसके साथ हमें मिल जाता है एक क्लम्प जो इसके साथ फिट होना है और इसके साथ हमें मिल जाता है पावर केबल एक अदर और ये पीओई मिल जाता है जिसके साथ हमने पावर देनी है लाइट बीम को और ये एक डिश है डिश भाई फिट कर लगे ने पहले दिन आए ने काम दे तो माशाला देखने फिट करनी आती है कि नहीं ਉਲੀ-ਉਲੀ ਸਿੱਖ ਜਾਣਗੇ ਜੇ ਇੱਕ ਦਿਨ ਸਾਡੇ ਤੋਂ ਵੱਡੇ ਕਾਰੀਗਰ ਹੋਣਗੇ ਇਹਨਾਂ ਨੇ ਕਹਣਾ ਤੁਸੀਂ ਤਾਂ ਕੁਝ ਵੀ ਨਹੀਂ ਹੈਗੇ ਸਾਡੇ ਅਗੇ। ਇਹ ਲੋਣੀ। ਹੁਣ ਇਹਨਾਂ ਨੂੰ ਇਹ ਨਹੀਂ ਪਤਾ ਕਲੰਪ ਕਿਦਾਂ ਲਾਣਾ ਵੇ। ਚੈੱਕ ਕਰਦੇ ਆ ਕੀ ਇਹ ਤਜਰਬਾ ਕਰਦੇ ਨੇ। ਓ ਭਾਈ ਮੇਰੇ ਪੂਠਾ ਲਗਾ ਰਹੇ ਹਨ ਉਲਟੀ ਕਰ। ਹੱਲੇ ਵੀ ਪੂਠਾ ਲਗਾਈ ਜਾਣਾ ਫਿਰ ਦੂਜੀ ਤਰ੍ਹਾਂ ਕਰਕੇ ਲਗਾ। ਇਸ ਤਰ੍ਹਾਂ ਦੇਖੋ ਜੀ ਕ램ਪ ਲਗਣਾਵੇਂ ਹੁਣ ਇਹਨਾਂ ਨੇ ਇਹਨੂੰ ਆਰਾਮ ਆਰਾਮ ਨਾਲ ਦਬਣਾ ਕਿਤੇ ਟੁੱਟ ਨਾ ਜਾਵੇ ਵੇ ਇੱਡੀ ਛੇਤੀ ਨਹੀਂ ਟੁੱਟਦੀ ਏ ਲਓ ਜੀ ਕ램ਪ ਉਹ ਨਹੀਂ ਭਾਈ ਵੇਟ ਹੋਇਆ ਇਧਰ ਪਿਛੇ ਹੋ ਜ਼ੋਰ ਦੇ ਦੇ ਬਾਹਰ ਮੇਰੇ ਕਾਤੇ ਚ ਕੈਮਰਾ ਹੈ ਤੇ ਕਾਤੇ ਦੇ ਨਾਲ ਇਹਨੂੰ ਦੱਸਦਾ ਵੀ ਪਿਆਵਾ इसके बाद ये सीड़ लगाने पहले ये कलंप लगा है, नाल है ये जो बांस पर फिट करने के लिए होता है ये कलंप लगाना है इसके साथ चंगी तरह राइड करना थे नहीं लाइट बीम घूमती रहनी जो कोई परिंदा वगैरह बैठा देता मूँह थले हो जाए करना तो कलैंड का कॉल आ जानी करनी है नैट नहीं चलता ਇਹ ਲਿੰਕ ਡਾਊਨ ਹੋ ਗਿਆ ਠੀਕ ਹੈ ਸਾਰਾ ਕੁਝ ਕਰਨ ਤੋਂ ਬਾਅਦ ਹੁਣ ਅਡਵਾਂਸ ਦੇ ਨਾਲ ਫਿਟ ਕਰਨ ਵਾਸਤੇ ਅਸੀਂ ਕਲੈਂਪ ਲਗਾ ਲੈਨੇ ਆ ਇਹਦੇ ਉੱਤੇ ਫਿਰ ਇਸ ਤੋਂ ਬਾਅਦ ਤੁਹਾਨੂੰ ਦੱਸਨੇ ਆ ਕਿ ਕਿੰਨੇ ਐਮਬੀ ਡਾਟਾ ਟ੍ਰਾਂਸਫਰ ਹੋ ਸਕਦਾ ਵੇ ਤੇ ਤਕਰੀਬਨ ਇਹ ਜਿਹੜੀ ਲਾਈਟ ਬੀਮ ਸਾਨੂੰ ਮਿਲੀ ਹੈ 16500 ਰੁਪਏ ਦੀ ਮਾਰਕੀਟ ਦੇ ਵਿੱਚੋਂ ਹਰ ਸਿਟੀ ਦਾ ਅਲੱਗ ਰੇਟ ਹੁੰਦਾ ਵੇ ਹਰ ਡੀਲਰ ਆਪਣਾ ਹੀ ਰੇਟ ਲਾ ਕੇ ਬੈਠਾ ਹੋਇਆ ਹੈ ਇਸ ਵਾਸਤੇ ਸਾਨੂੰ ਤੇ ਰੀਮਯਾਰ ਖਾਨ ਤੋਂ ਮਿਲੀਏ 16500 ਰੁਪਏ ਦੀ ਇੱਕ ਲੈਂਪ ਲਗਾ ਲੈਨੇ ਆ ਜੀ ਵਾਂਸ ਵਗੈਰਾ ਤੇ ਲਗਾਉਣ ਵਾਸਤੇ ਤੁਸੀਂ ਵਾਂਸ ਦੇ ਵਿੱਚੋਂ ਨਹੀਂ ਨਗਾ ਕੇ ਫਿੱਟ ਕਰਨਾ ਇਹਨਾਂ ਦਾ ਵਾਂਸ ਹੈਗਾ ਜਿਹਦੇ ਵਿੱਚੋਂ ਦੀ ਉਪਰ ਤੋਂ ਯਾਨੀ ਕਿ ਉਤਲੀ ਸਾਈਡ ਤੋਂ ਪੈ ਨਹੀਂ ਇਸ ਵਾਸਤੇ ਇਹਨਾਂ ਨੇ ਇਥੇ ਫਿੱਟ ਕਰ ਲਿਆ ਔਰ ਇੱਕ ਖਟਵੇਚੇ ਲਾ ਲੈਨੇ ਅਕਸਰ ਨੇਰੀ ਨੋਰੀ ਆਉਂਦੀ ਨਾਲ ਤਾਂ ਫਿਰ ਡਿਸ਼ਾਂ ਨਾਲੋਂ ਇਹ ਅਲੱਗ ਹੋ ਜਾਂਦੀ ਐ ਹਵਾ ਦੇ ਪ੍ਰੈਸ਼ਰ ਨਾਲ ਇਹ ਲੱਗੇ ਹੁਣ ਚਲੋ ਕੁਝ حفاظت ਹੋ ਜਾਂਦੀ ਏ ਐਡੀਸ਼ਨ ਲੱਗ ਨਹੀਂ ਹੁੰਦੀਆਂ ਆਲੇ-ਉਮਲੇ ਨਹੀਂ ਫਿਰ ਲੱਭਣੀਆਂ ਪੈਂਦੀਆਂ ਮੱਲੇ ਆਲੇ ਕੋ ਪੁੱਛਦੇ ਵੀਰੋ ਯਾਰ ਸਾਡੀ ਦੇਸ਼ ਦਾ ਤਵਾ ਤੇ ਨਹੀਂ ਆਇਆ ਇੱਧਰ ਤੇ ਇਹਦੇ ਨਾਲੋਂ ਬਿਹਤਰ ਏ ਕਿ ਇਹਨੂੰ ਚੰਗੀ ਤਰ੍ਹਾਂ ਖੜਬੇਚੇ ਲਗਾ ਕੇ ਫਿਰ ਟਾਈਟ ਕਰੋ ਇਹ ਤੇ ਕਰੀਬਨ ਮੇਰੇ ਹਿਸਾਬ ਨਾਲ 5 ਕਿਲੋਮੀਟਰ ਡਿਸਟੈਂਸ ਹੁੰਨਾ ਹੈ ਤੇ ਇਹਦੇ ਅੱਛਾ ਲਿੰਕ ਬੰਨਣਾ ਚਾਹੀਦਾ ਕਿਉਂਕਿ ਪਿਛਲੀ ਸਾਈਡ ਤੇ ਪਾਵਰ ਬੀਮ ਲੱਗੀ ਹੋਈ ਏ ਤੇ ਜੇ ਲਾਈਟ ਬੀ ਮੇ 5 5.5 ਕਿਲੋਮੀਟਰ ਦੇ ਦਰਮਿਆਨ ਦੀ ਸਟੈਂਸ ਹੈ ਪਿੱਛੇ 100 ਫੁੱਟ ਦਾ ਟਾਵਰ ਹੈ ਤੇ ਦਰਮਿਆ ਵਿਚ ਦਰਖਤ ਵਗੈਰਾ ਵੀ ਆਉਂਦੇ ਨੇ ਕਾਫੀ ਵੱਡੇ ਪਰ ਮੀਂਹ ਦੇ ਕ ਲਿੰਕ ਅੱਛਾ ਬਣ ਜਾਏਗਾ ਬਾਅਦ ਵਫਾ ਦਰਖਤਾਂ ਦੀ وجہ ਤੋਂ ਲਿੰਕ ਨਹੀਂ ਬਣਦਾ ਲੈ ਜੀ ਪਾਵਰ ਲਾਈਟ ਬੀਮ ਹੋ ਗਈ ਹੈ ਰੈਡੀ ਹੁਣ ਕੈਟ 6 ਦਾ ਇਸ ਨੂੰ ਕਨੈਕਟਰ ਲਗਾ ਲੈਣੇ ਆ ਇਹ ਦੇਖੋ ਜੀ ਕਨੈਕਟਰ ਹੈ ਇਸ ਤਰ੍ਹਾਂ ਤੁਸੀਂ ਤਾਰ ਨੂੰ ਛੇਲਣਾਂ ਉਹ ਤੋ ਤਾਰ ਕੇ ਚੰਗੀ ਤਰ੍ਹਾਂ ਪਹਿਲੇ ਤਾਰਾਂ ਚੈੱਕ ਕਰ ਲੈਣੀ ਹੈ ਕਿ ਤੇ ਤਾਰ ਟੁੱਕ ਤੇ ਨਹੀਂ ਹੋ ਗਈ ਫਿਰ ਉਸ ਤੋਂ ਬਾਅਦ ਦਰਮਿਆਨ ਵਾਲੀ ਪੀਵੀਸੀ ਨੂੰ ਖਿੱਚ ਕੇ ਕੱਢ ਦੇਣਾ ਫਿਰ ਉਸ ਤੋਂ ਬਾਅਦ ਸਭ ਤੋਂ ਪਹਿਲੇ orange ਤੇ white ਫਿਰ orange ਫਿਰ ਉਸ ਤੋਂ ਬਾਅਦ سبز ਤੇ ਸਫੈਦ ਫਿਰ ਉਸ ਤੋਂ ਬਾਅਦ ਤੁਸੀਂ ਨੀਲੀ ਤੇ ਸਫੈਦ ਨੀਲੀ ਲਗਾਨੀ ਹੈ ਫਿਰ ਨੀਲੀ ਤੇ ਸਫੈਦ ਫਿਰ سبز ਲਗਾਨੀ ਹੈ ਫਿਰ ਉਸ ਤੋਂ ਬਾਅਦ brown ਤੇ ਸਫੈਦ ਫਿਰ brown ਇਹਨਾਂ ਨੂੰ ਸੈੱਟ ਕਰਕੇ ਕੱਟ ਕੇ ਤੇ ਕਨੈਕਟਰ ਵਿੱਚ ਬਾਹਰ ਕਨੈਕਟਰ ਲਗਾ ਲੈਣਾ ਵੇ ਠੀਕ ਹੈ ਇਹਨਾਂ ਨੂੰ ਬਰਾਬਰ ਕੱਟਣਾ ਹੈ ਕੱਟਣ ਤੋਂ ਬਾਅਦ ਕਨੈਕਟਰ ਲਗਾ ਲੈਣਾ ਜੇਕਰ ਤੁਹਾਨੂੰ ਕਨੈਕਟਰ ਨਹੀਂ ਲਗਾਉਣਾ ਆਂਦਾ ਮੇਰੀ ਦੂਸਰੀ ਵੀਡੀਓ ਦੇਖ ਸਕਦੇ ਹੋ ਉਹਦੇ ਵਿੱਚ ਮੈਂ ਅچھے ਤਰੀਕੇ ਨਾਲ ਦੱਸਿਆ ਹੋਇਆ ਹੈ ਕਿੱਦਾਂ ਕਨੈਕਟਰ ਲੱਗਣਾ ਹੈ ਤੇ ਯਾਨੀ ਕਿ ਲਾਈਟ ਵੀ ਫਿੱਟ ਹੋ ਗਈ ਇਹਨੂੰ ਅچھے ਤਰੀਕੇ ਨਾਲ ਟਾਈਟ ਕਰ ਲੈਣਾ ਉਹ ਨਾਲੇ ਬਾਅਦ ਦੇ ਵਿੱਚ ਰੋਲ ਹੀ ਰਵੇ ਹਿਲਦੀ ਰਵੇ ਤੇ ਕਲੈਂਪ ਤੁਹਾਨੂੰ ਕਾਲਾ ਕਰਦਾ ਰਹੇ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਪਹਿਲੇ ਭਾਈ ਬਾਸ ਲੈ ਕੇ ਆਏ ਸੀ ਉਹਦੇ ਪੁੱਲੇ ਕਾਸ਼ ਕੁਝ ਨਹੀਂ ਸ਼ੈ ਕਲੈਂਡ ਕਹਿੰਦਾ ਹੁੰਦਾ ਲਾ ਦੋ ਲਾ ਦੋ ਯਾਰ ਕੋਈ ਨਹੀਂ ਕੋਈ ਨਹੀਂ ਮੁਸੀਬਤ ਤੁਹਾਡੇ ਵਾਸਤੇ ਸਾਡੇ ਵਾਸਤੇ ਬਣ ਜਾਂਦੀ ਹੈ ਬਾਅਦ ਚ ਇਸ ਵਾਸਤੇ ਮੈਂ ਮਨਨਾ ਕਰ ਦਿੱਤਾ ਮੈਂ ਖਿਆਸੀ ਨਹੀਂ ਲਗਾਣਾ ਭਾਈ ਬਾਸ ਲੈ ਕੇ ਆ ਫੇਰਾ ਲਬਲੂਬ ਕੇ ਜਗਾੜੀ ਬਾਸ ਲੈ ਆਏ ਸ਼ਹਿਰੋਂ ਜਾ ਕੇ ਬਾਸ ਨਹੀਂ ਲੈ ਕੇ ਆਇਆ ਅਸੀਂ ਵੀ ਰੱਖ ਕੇ ਲਗਾ ਜਿੱਦੀ ਸੀਗਾ ਜਦੋਂ ਕਾਲਾ ਕਰੇਗਾ ਦਸਵੀਂ ਆਣ ਕੇ ਜੂ ਪੈਟਰੋਲ ਲਾਹਗੇ ਤੇਰੇ ਕੋ ਦਿਨ ਆਪੀ ਪਤਾ ਲੱਗ ਜੇ ਇਹ ਜੋ ਲਾਈਟ ਬੀਮ ਹੋ ਗਈ ਇਹ ਰੈਡੀ ਇਹਨੂੰ ਕਰਦੇ ਹਾਂ ਹੁਣ ਖੜਾ ਤੇ ਲਿੰਕ ਬਣਾ ਕੇ ਦੇਖਦੇ ਹਾਂ ਕਿ ਕਿੰਨਾ ਲਿੰਕ ਬੰਨਦਾ ਹੈ ਨਾ ਮਾਸ਼ਾਅੱਲਾ ਜਿੰਨੀ ਕਿ ਭਾਈ ਨੇ ਟਾਈਡ ਕੀਤੀ ਹੁਣੀ ਭਾਜੀ ਫਿਰਦੀ ਆ ਕਾਲਾਂ ਤੇ ਆਪੀ ਉਹਦੀਆਂ ਵਜਣੀਆਂ ਇਨ ਮੋੜੀਆਂ ਲੋ ਜੀ ਪੀਓਈ ਐਬੀ ਹੋਈ ਹੈ ਜਿਹਦੇ ਦੁਰੀਏ ਕਰੰਟ ਦੇਣਾ ਉਤੋਂ ਜਿਹੜੀ ਲਾਈਟ ਬੀਮ ਚ ਤਾਰ ਆ ਰਹੀਏ ਇਹ ਪੀਓਈ ਵਾਲੀ ਸਾਈਡ ਤੇ ਲਗਾਨੀ ਹੈ ਠੀਕ ਹੈ ਉਸ ਤੋਂ ਬਾਅਦ ਪਾਵਰ ਕੇਬਲ ਲਗਾ ਲੈਣੀ ਹੈ ਇਹਨੂੰ ਪਾਵਰ ਦੇ ਦੇਣੀ ਹੈ ਉਸ ਵਾਰ router ਦੀ ਲੈਂਚ ਤਾਰ ਲਗਾ ਲੈਣੀ ਹੈ ਮੈਂ ਲੈਂਚ ਲਗਾ ਰਿਹਾ ਲਾਈਟ ਵੀ ਮੈਨੂੰ ਓਪਨ ਕਰਨ ਵਾਸਤੇ ਉਧਰੋਂ ਲਿਆਂਕ ਕੇ ਲੈਂਚ POE ਦੀ ਲਗਾ ਲੈਣੀ ਹੈ ਠੀਕ ਹੈ ਇਹ ਲੋ ਜੀ ਮਾ ਲਿੰਕ ਰੈਡੀ ਹੋ ਗਿਆ ਉਸ ਤੋਂ ਬਾਅਦ ਦੇਖਨੇ ਆ ਕਿ ਕਿੰਨਾ ਲਿੰਕ ਬੰਨਦਾ ਤੁਹਾਨੂੰ ਵੀ ਦਿਖਾਣੇ ਆ ਉਹ ਜਿੱਦਾਂ ਦੀ ਉਹਨੇ ਭਾਈ ਨੇ ਡੱਬੀ ਲਗਾਈ ਸੀ ਉਹ ਟਾਈਟ ਕਰ ਦੇਣੀ ਥੱਲੇ ਡਿੱਗ ਪਈ ਹੈ ਮੈਂ ਕਿਹਾ ਉਹਨੇ ਇਹਨੂੰ ਕੋਣ ਲਾਵੇ ਦੁਬਾਰਾ ਲਾਵੇ ਬਸ ਠੀਕ ਹੈ ਇੱਥੇ ਹਾਂ ਜੀ ਲਿੰਕ ਬਣ ਗਿਆ ਹੈ 70 ਸਿਗਨਲ ਆਏ ਨੇ ਸੀਸੀਕਯੂ ਟ੍ਰਾਂਸ ਮੇਲ ਸੀਸੀਕਯੂ 70 ਰਹਿ ਗਿਆ ਜੋ ਕਿ 68 ਘਟਾਏਗਾ ਇਹਨੂੰ ਸੁਧਤਰ ਕਰਨਾ ਚਾਹੀਦਾ ਹੈ ਠੀਕ ਹੈ ਏਅਰ ਮੈਕਸ ਵੀ ਤਕਰੀਬਨ ਠੀਕ ਹੈਗੀ ਪਰ ਇਹਦਾ ਲਿੰਕ ਬਿਹਤਰ ਹੋਣਾ ਚਾਹੀਦਾ ਹੈ ਸੈੱਟ ਕਰਕੇ ਦੇਖਨੇ ਆ ਨੂੰ ਆਸਤਾ ਆਸਤਾ ਬੜੇ ਸਾਵਧਾਨ ਨਾਲ ਇਹਨੂੰ ਸੈੱਟ ਕਰਨਾ ਪੈਂਦਾ ਹੈ ਜੇ ਦੇਖੇ ਕਟ ਹੋ ਰਹੇ ਨੇ ਸਿਗਨਲ ਹੋਣਗੇ ਇਨਸ਼ਾਅੱਲਾ ਥੱਲੇ ਆਣਗੇ ਸਿਗਨਲ ਹੋਰ ਇਹ ਕਈ ਦਫਾ ਬਹੁਤ ਆਸਾਨੀ ਨਾਲ ਕਨੈਕਟ ਹੋ ਜਾਂਦੀ ਹੈ ਤੇ ਕਈ ਦਫਾ ਅਖਰ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਫਿਰ ਜਾ ਕੇ ਸੈੱਟ ਹੁੰਦੀ ਹੈ ਦੇਖੋ ਟ੍ਰੇਡ ਸਿਗਨਲ ਬਣ ਗਿਆ ਉਸੇ ਡਿਵਾਈਸ ਦੇ ਸੀਸੀਕਯੂ ਵੀ ਬਿਹਤਰ ਹੋ ਰਿਹਾ ਹੈ ਤੇ ਸੀਸੀਕਯੂ 70 ਵੀ ਠੀਕ ਆਏਗਾ ਕਿਸੇ ਮਜਬੂਰੀ ਦੇ ਤਹਿਤ ਪਰ ਲੇਕਿਨ ਬਿਹਤਰ ਹੋਣਾ ਚਾਹੀਦਾ ਹੈ 80 ਤੋਂ 80 ਪਲੱਸ ਹੋਣਾ ਚਾਹੀਦਾ ਕਾਮਜ਼ੋ ਕਾਮ ਤੇ 70 ਪਲੱਸ ਹੋਣਾ ਚਾਹੀਦਾ ਲਿੰਕ 150 ਬਾਈ 150 ਐਮਬੀਜ਼ ਦਾ ਬਣ ਗਿਆ ਮੇਰੇ ਹਿਸਾਬ ਦੇ ਨਾਲ ਇਹਦੇ ਵਿੱਚ ਤਕਰੀਬਨ 15-20 MB ਬਹੁਤ ਆਸਾਨੀ ਨਾਲ ਗੁਜ਼ਰਨਾ ਚਾਹੀਦਾ ਹੈ